ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ? ਵੀਰੋ, CM ਭਗਵੰਤ ਮਾਨ ਸਾਹਿਬ, ਕੁਲਵਿੰਦਰ ਕੌਰ ਅਤੇ ਕੰਗਣਾ ਰਣਾਵਤ ਦਾ ਜਿਹੜਾ ਮਾਮਲਾ ਹੋਇਆ ਵੈ, ਉਸ ਦੇ ਬਾਰੇ ਪ੍ਰੈਸ ਕਾਨਫਰੰਸ ਕਰ ਰਹੇ ਹੈ ਅਤੇ ਕੁਛ ਕਹਿ ਰਹੇ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ, ਸੋ ਚੱਲ ਕੇ ਵੀਡੀਓ ਦੇਖਦੇ ਹਾਂ ਅਤੇ ਇਸ ਦੇ ਬਾਰੇ ਜਾਣਦੇ ਹਾਂ। कंगना रनौत को जिस तरीके से CSF जवान की तरफ से चाटा मारा गया, उसके बाद ये आया कि खालिस्तानी है पंजाब। देखो पता की, देखो ओहो एक गुस्सा है, ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ ਚ ਹੋਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ, ਹੈਨਾ। ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ, ਭਾਵੇਂ ਉਹ ਫਿਲਮ ਸਟਾਰ, ਭਾਵੇਂ ਇਲੈਕਟਡ MP ਬਣ ਗਏ ਹੋਣ, ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ, ਸਾਰਾ ਪੰਜਾਬ ਚ ਅੱਤਵਾਦ, ਇਹ ਮਤਲਬ ਇਹ ਗਲਤ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ, ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ, ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ। ਅੱਜ ਵੀ 130 ਲੱਖ ਮੀਟਰਿਕ ਟਨ ਕਣਕ ਦੇਊਂਗਾ, ਹੁਣ ਐਸੇ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟਰਿਕ ਟਨ ਚਾਵਲ ਦੇਵਾਂਗੇ। ਅਸੀਂ ਦੇਸ਼ ਦਾ ਢਿੱਡ ਭਰਦੇ ਹਾਂ, ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਤੇ ਪਲੱਸ ਡਿਗਰੀ, ਜਿਹੜੇ -50 ਦੇ ਵਿੱਚ ਤਾਂ ਜਦੋਂ ਠੰਡ ਦੇ ਵਿੱਚ ਕਾਰਗਿਲ ਚ ਖੜੇ ਹੁੰਦੇ ਨੇ, ਤੇ ਆਹ ਹੁਣ ਜੂਨ ਚ ਗੰਗਾਨਗਰ ਤੇ ਜੈਸਲਮੇਰ ਦੇ ਟਿੱਬਿਆਂ ਚ +50 ਦੇ ਵਿੱਚ ਖੜੇ ਨੇ। ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀਆਂ ਦਵਾਉਣ ਵਾਲੇ ਲੋਕ ਆ, ਤੇ ਤੁਸੀਂ ਇੱਕ ਹਰੇ ਗੱਲ ਤੇ ਕਹਿ ਦਿੰਦੇ ਹੋ ਅੱਤਵਾਦੀ ਨੇ ਬਕਵਾਦੀ ਨੇ, ਕਿਸਾਨ ਬਹਿ ਜਾਣ ਇਹ ਅੱਤਵਾਦੀ ਨੇ, ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਅੱਤਵਾਦੀ ਨੇ ਬਕਵਾਦੀ ਨੇ। ਸੋ ਇਸ ਤਰ੍ਹਾਂ ਗਲਤ ਗੱਲ ਹੈ, ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ, ਸੋ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂਗਾ। ਮਾਨ ਸਾਹਿਬ, ਤੁਸੀਂ ਲਗਾਤਾਰ ਫੀਡਬੈਕ ਲੈ ਰਹੇ ਹੋ ਤੇ ਤੁਹਾਡੇ ਕੋਲ ਫੀਡਬੈਕ ਆ ਰਹੀ ਹੈ, ਇੱਕ ਗੱਲ ਇਹ ਵੀ ਆ ਰਹੀ ਹੈ ਕਿ ਬਹੁਤ ਸਾਰੇ ਜਿਹੜੀਆਂ ਸਰਕਾਰ ਦੇ ਨੀਤੀਆਂ ਸੀਗੀਆਂ ਉਹਨੂੰ ਉਸ ਤਰ੍ਹਾਂ ਡਿਲੀਵਰ ਵਿੱਚ ਨਹੀਂ ਗਿਆ, ਜਾਂ ਫਿਰ ਕੋਈ ਅਫਸਰਸ਼ਾਹੀ ਦੇ ਪੱਧਰ ਦੇ ਉੱਤੇ ਨਹੀਂ। ਦੇਖੋ ਸਾਡੇ ਵੱਲੋਂ ਕੋਈ ਵੀ ਪਾਲਿਸੀ ਏਦਾਂ ਦੀ ਨਹੀਂ ਹੈਗੀ ਜਿਹੜੀ ਐਂਟੀ ਪੀਪਲ ਬਣਾਈ ਗਈ ਹੋਵੇ, ਠੀਕ ਹੈ ਨਾ। ਅਸੀਂ ਤਾਂ ਸਗੋਂ ਹੋਰ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਜੋ ਪ੍ਰੋ ਪੀਪਲ ਪਾਲਿਸੀਜ਼ ਨੇ ਉਹਨਾਂ ਨੂੰ ਵਧਾਇਆ ਜਾਵੇ। ਹੋ ਸਕਦਾ ਕੋਈ ਕਿਤੇ ਕਿਸੇ ਲੈਵਲ ਤੇ ਜਾਂ ਸਾਡੇ MLA ਲੈਵਲ ਤੇ ਜਾਂ ਕਿਸੇ ਲੈਵਲ ਤੇ ਉਹ ਅਸੀਂ ਪਹੁੰਚਾਉਣ 'ਚ ਕਾਮਯਾਬ ਨਾ ਹੋਏ ਹੋਈਏ, ਸੋ ਅਗਲੀ ਵਾਰ ਕਰ ਲਾਂਗੇ, ਕੋਈ ਗੱਲ ਨਹੀਂ। ਪਰ ਮੇਰਾ ਇੱਕੋ ਮਕਸਦ ਹੈ, ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ, ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ। ਉਹਦੇ 'ਚ ਮੈਂ ਇਹਨੂੰ ਪੋਜ਼ਿਟਿਵ ਲੈਣਾ ਕਿ 35,20,000 ਵੋਟਾਂ ਪਈਆਂ, ਕਾਂਗਰਸ ਨੂੰ 35,50 ਪਈਆਂ, 30,000 ਵੋਟ ਦਾ ਫਰਕ ਹੈ ਸਿਰਫ। ਪਰ ਕਈ ਵਾਰੀ ਲੋਕ ਨਾ ਜਿਤਾਉਂਦੇ ਹੁੰਦੇ ਨੇ ਨਾ ਹਰਾਉਂਦੇ ਹੁੰਦੇ ਨੇ, ਸਿਰਫ ਚਿਤਾਉਂਦੇ ਹੁੰਦੇ ਨੇ, ਦੱਸਦੇ ਹੁੰਦੇ ਨੇ ਕਿ ਅਸੀਂ ਆਹ ਇੱਥੇ ਠੀਕ ਕਰ ਲਓ, ਕਰ ਲਾਂਗੇ। ਜਿਹਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ। ਸੋ ਅਸੀਂ ਪਿਛਲੀ ਵਾਰ ਨਾਲੋਂ ਆਪਾਂ ਤੇ ਬਾਕੀ ਪੂਰੇ ਦੇਸ਼ 'ਚ ਦੇਖੋ ਤੁਸੀਂ ਕੀ ਹਾਲ ਹੈ, ਪੂਰੇ ਦੇਸ਼ ਦੇ ਵਿੱਚ ਮਤਲਬ ਜਿਹੜੇ ਕਹਿੰਦੇ ਸੀ 400 ਪਾਰ 240 ਤੇ ਰਹਿ ਗਏ, ਤੇ ਵੱਡੇ ਵੱਡੇ ਜਿਹੜੇ RK ਸਿੰਘ ਵਰਗੇ ਜਾਂ ਸਮ੍ਰਿਤੀ ਇਰਾਨੀ ਵਰਗੇ, ਈਵਨ ਅਯੋਧਿਆ ਜਿੱਥੇ ਉਹਨਾਂ ਨੇ ਭਗਵਾਨ ਸ਼੍ਰੀ ਰਾਮ ਦਾ ਮੰਦਿਰ ਬਣਾਇਆ, ਫੈਜ਼ਾਬਾਦ ਸੀਟ ਹਾਰ ਗਏ। ਸੋ ਹੁਣ ਉਹ ਪਹਿਲਾਂ ਵਾਲਾ ਜਿਹੜਾ ਔਰਾ ਸੀਗਾ ਜਾਂ ਪਹਿਲਾਂ ਵਾਲਾ ਜਿਹੜਾ ਧਮਕੀ ਦਿੰਦੇ ਸੀ ਗੱਲ ਗੱਲ ਤੇ, ਤੇਰੀ ਸਰਕਾਰ ਤੋੜ ਦਾਂਗੇ, ਤੁਹਾਨੂੰ ਆਹ ਕਰ ਦਾਂਗੇ, ਉਹ ਤਾਂ ਨਹੀਂ ਚੱਲਣਾ ਹੁਣ, ਠੀਕ ਹੈ ਨਾ। ਹੁਣ ਤਾਂ ਇਹ ਹੈ ਵੀ ਉਹਨੂੰ ਹਰ ਗੱਲ ਤੇ ਇਹ ਦੇਖਣਾ ਪਿਆ, ਕਿ ਆਉਣ ਸਾਰ ਹੀ ਉਹਨਾਂ ਨੇ ਮੁੱਦਾ ਉਠਾਤਾ ਜੋ ਅਸੀਂ ਵੀ ਕਹਿੰਦੇ ਸੀਗੇ ਅਗਨੀਵੀਰ ਵਾਲਾ, ਕਿ ਅਗਨੀਵੀਰ ਬਾਰੇ ਦੱਸੋ ਕੀ, 3 ਸਾਲਾਂ 'ਚ ਜਵਾਕ ਨੂੰ ਰਿਟਾਇਰ ਕਰਕੇ ਸਾਬਕਾ ਬਣਾ ਦੋਗੇ, 18 ਸਾਲ ਦਾ ਭਰਤੀ ਕੀਤਾ, 22 ਸਾਲ ਦਾ ਤੁਸੀਂ ਘਰੇ ਭੇਜਤਾ, ਐਕਸ ਹੋ ਗਿਆ ਬਸ ਉਹ ਜ਼ਿੰਦਗੀ। ਅੱਛਾ 22 ਸਾਲ ਦੇ ਬੱਚੇ ਦਾ ਜੇ ਇੱਥੇ ਪੜ੍ਹਾਈ ਅਗਲੀ ਕਰਦੇ ਹੁੰਦੇ ਨੇ ਕਿ ਮੈਂ IAS ਬਣਨਾ, IPS ਬਣਨਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਆਰਮੀ ਨੂੰ ਵੀ ਰੈਂਟ ਤੇ ਲੈਣ ਵਾਲਾ ਕੰਮ ਹੋ ਗਿਆ ਵੀ ਆਰਮੀ ਰੈਂਟ ਤੇ 3 ਸਾਲ ਵਾਸਤੇ। ਸੋ ਇਸ ਤਰ੍ਹਾਂ ਜਿਹੜੀਆਂ ਮਨਮਾਨੀਆਂ ਹੋਈਆਂ ਨੇ ਪਹਿਲਾਂ,
ਉਹ ਵਾਪਸ ਲੈਣੀਆਂ ਪੈਣਗੀਆਂ ਤੇ ਕਿਸਾਨਾਂ ਵਾਲਾ ਜਿਹੜਾ ਐਮ ਐਸ ਪੀ ਵਾਲਾ ਬਿੱਲ ਹੈ ਉਹਦੇ ਬਾਰੇ ਵੀ ਦੱਸਣਾ ਪਊਗਾ। ਉਹ ਤੋਂ ਪਹਿਲੇ ਸੇ ਰੁਕੀ ਹੋਈ ਥੀ ਉਸਕੇ ਮਤਲਬ ਕੋਰਟ ਕੀ ਵਜਹ ਸੇ ਤੋ ਉਹ ਤੋਂ ਕਿਸਾਨ ਨਿਧੀ ਤੋਂ ਪਹਿਲੇ ਸੀ ਇਨਕੀ ਸਕੀਮ ਥੀ ਉਹ ਜਾਰੀ ਕਰ ਦੀ ਹੈ ਤੋ ਹਮਾਰਾ ਪੋਸਟ ਮੈਟ੍ਰਿਕ ਕਾ ਰੁਕਾ ਹੁਆ ਥਾ ਹਮਨੇ 91 ਕਰੋੜ ਹਮਨੇ ਜਾਰੀ ਕਰ ਦਿਆ ਤੋ ਮੈਂ ਨਹੀਂ ਚਾਹਤਾ ਇੱਕ ਵੀ ਪੈਸਾ ਇਸ ਵਜ੍ਹਾ ਸੇ ਰੁਕੇ ਕਿ ਮੇਰੇ ਸਾਈਨ ਨਹੀਂ ਹੋਏ ਜਾਂ ਮੀਟਿੰਗ ਨਹੀਂ ਹੋਈ ਕਿਸੇ ਲੈਵਲ ਪੇ। ਕੱਲ ਵੀ ਪਾਵਰ ਕੀ ਔਰ ਫਾਈਨਾਂਸ ਕੀ ਮੀਟਿੰਗ ਹੈ ਬਹੁਤ ਬੜੀ, ਕੱਲ ਪੂਰਾ ਦਿਨ ਹਮ ਪੰਜਾਬ ਕੇ ਫਾਈਨਾਂਸਿਸ ਕੇ ਲੀਏ ਔਰ ਪੰਜਾਬ ਮੇ ਕਿਉਂਕਿ ਆਨੇ ਵਾਲੇ ਦਿਨ ਬਿਜਲੀ ਸੇ ਸੰਬੰਧਿਤ ਹੈ, ਚਾਹੇ ਵੋ ਡੋਮੈਸਟਿਕ ਹੋ, ਚਾਹੇ ਵੋ ਖੇਤੋਂ ਵਾਲੀ ਹੋ, ਚਾਹੇ ਵੋ ਇੰਡਸਟਰੀ ਵਾਲੀ ਹੋ, ਤੋ ਹਮ ਉਸਕੇ ਲੀਏ ਪੂਰਾ ਵਚਨਬੱਧ ਹੈ। ਹਮਾਰੇ ਪਾਸ ਸਰਪਲਸ ਬਿਜਲੀ ਹੈ, ਹਮ ਕਈ ਸਟੇਟੋਂ ਕੋ ਹਮ ਦੇ ਚੁੱਕੇ ਹੈ ਤੋ ਨੈਸ਼ਨਲ ਐਕਸਚੇਂਜ ਸੇ ਵਾਪਸ ਵੀ ਲੈ ਸਕਦੇ ਹੈ, ਤੋ ਬੜੀ ਅੱਛੀ ਪਲੈਨਿੰਗ ਸੇ ਚੱਲ ਰਹੇ ਹੈ ਔਰ ਕੋਈ ਵੀ ਇੱਦਾਂ ਦਾ ਡਿਸੀਜ਼ਨ ਜਿਹੜਾ ਕਿ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੋਵੇ ਅਸੀਂ ਲੈਂਦੇ ਨਹੀਂ। ਅਸੀਂ ਲੋਕਾਂ ਨੂੰ ਇਹ ਕਹਿ ਕੇ ਵੋਟਾਂ ਲਈਆਂ ਹੋਈਆਂ ਨੇ ਕਿ ਭਾਈ ਅਸੀਂ ਤੁਹਾਡੇ ਨਾਲ ਦੇ ਹਾਂ, ਆਮ ਘਰਾਂ ਤੋਂ ਹਾਂ, ਉਵੇਂ ਹੀ ਰਵਾਂਗੇ। ਤੇ ਅੱਜ ਵੀ ਮੈਂ ਤਾਂ ਕੋਈ ਉਸ ਅਗਲੇ ਦਿਨ ਮੈਂ ਤਾਂ ਆਫਿਸ ਦੇ ਵਿੱਚ ਆ ਗਿਆ ਸੀਗਾ, ਸੋ ਮੈਂ ਕੰਮ ਤੇ ਹਾਂ ਤੇ ਨਾਲ ਨਾਲ ਅਨੈਲਿਸਿਸ ਬਹੁਤ ਜ਼ਰੂਰੀ ਹੈ, ਆਤਮ ਮੰਥਨ ਬਹੁਤ ਜ਼ਰੂਰੀ ਹੈ ਕਿ ਕਿੱਥੇ ਕੋਈ ਕਮੀਆਂ ਰਹੀਆਂ, ਜਿੱਥੇ ਕਮੀਆਂ ਰਹੀਆਂ ਪੂਰੀਆਂ ਕਰਾਂਗੇ, ਜਿੱਥੇ ਵਧੀਆ ਖੂਬੀਆਂ ਰਹੀਆਂ ਕੋਈ ਉਹਨਾਂ ਨੂੰ ਡਬਲ ਕਰਾਂਗੇ। ਕੱਲ੍ਹ ਦੀ ਮੇਰੀ ਮੀਟਿੰਗ ਵੀ ਹੈ ਬਿਜਲੀ ਡਿਪਾਰਟਮੈਂਟ ਨਾਲ, 11 ਤਰੀਕ ਤੋਂ 6 ਜ਼ਿਲ੍ਹਿਆਂ 'ਚ ਸ਼ੁਰੂ ਹੋ ਰਹੀ ਹੈ, 15 ਤੋਂ ਜਿਹੜਾ ਮਰਜ਼ੀ ਜ਼ਿਲ੍ਹਾ ਲਾ ਲਏ, ਪਰ ਮੈਂ ਆਪ ਵੀ ਜਾ ਕੇ ਚੈੱਕ ਕਰੂੰਗਾ ਨਹਿਰੀ ਪਾਣੀ ਜਿਹੜਾ ਜਿੰਨਾ ਮੈਕਸੀਮਮ ਨਹਿਰੀ ਪਾਣੀ ਜਿਹੜਾ ਅਸੀਂ ਖੇਤਾਂ 'ਚ ਪਹੁੰਚਾਤਾ ਹੁਣ ਤੱਕ। ਮੈਂ ਤੁਹਾਡੇ ਜ਼ਰੀਏ ਬੇਨਤੀ ਵੀ ਕਰੂੰਗਾ ਕਿ ਨਹਿਰੀ ਪਾਣੀ ਨੂੰ ਇਸਤੇਮਾਲ ਕਰੋ, ਟਿਊਬਵੈਲ ਬੰਦ ਕਰ ਦਿਓ, ਜੇ ਲਾਈਟ ਹੈਗੀ ਵੀ ਤਾਂ ਵੀ ਇਹ ਨਾ ਕੋਸ਼ਿਸ਼ ਕਰੋ ਕਿ ਨਹਿਰੀ ਵੀ ਆਈ ਜਾਂਦਾ, ਟਿਊਬਵੈਲ ਵੀ ਚਲਾ ਰੱਖਿਆ ਹੈ ਨਾ, ਤਾਂ ਕਿ ਥੱਲੋਂ ਧਰਤੀ ਦੇ ਜਿਹੜਾ ਪਾਣੀ ਬਚਾ ਸਕੀਏ। ਔਰ ਕੋਈ ਐਸੀ ਗੱਲ ਨਹੀਂ, ਪਾਣੀ ਉੱਪਰ ਆ ਸਕਦਾ ਪਰ ਸਾਡੇ ਵਾਸਤੇ ਇਹਦੇ ਵਾਸਤੇ ਸੋਸ਼ਲ ਸਾਰਾ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਊ, ਇਕੱਲੀਆਂ ਸਰਕਾਰਾਂ ਤੇ ਨਹੀਂ ਚੱਲਦਾ। ਤੇ ਪੰਚਾਇਤ ਦੀਆਂ, ਨਗਰ ਨਿਗਮ ਦੀਆਂ, ਨਗਰ ਕੌਂਸਲਾਂ ਦੀਆਂ ਜਿਹੜੀਆਂ ਡਿਊ ਪਈਆਂ ਨੇ, ਸੋ ਜੋ ਤਾਂ ਲੋਕਤੰਤਰ ਦੇ ਮੁਤਾਬਕ, ਉਹ ਤਾਂ ਸਾਡਾ ਡੈਮੋਕ੍ਰੇਸੀ ਦੇ ਮੁਤਾਬਕ ਜੋ ਵੀ ਇਲੈਕਸ਼ਨ ਜਿਹੜੀ ਹੈ, ਇਲੈਕਸ਼ਨ ਕਮਿਸ਼ਨ ਜਦੋਂ ਵੀ ਕਹੂਗਾ, ਵਾਰਡਬੰਦੀ ਵਗੈਰਾ ਚੱਲ ਰਹੀ ਹੈ ਕਿਉਂਕਿ ਪਹਿਲਾਂ ਨੈਸ਼ਨਲ ਇਲੈਕਸ਼ਨ ਆ ਗਈ ਸੀ ਇਸ ਕਰਕੇ ਉਹਨੂੰ ਅੱਗੇ ਪਾਤਾ ਸੀ, ਜਲਦੀ ਉਹ ਵੀ ਹੋ ਜਾਣੀ। ਉਹ ਤੋਂ ਉਹ ਆਪਣਾ ਮੰਤਰਾਲਾ ਬਚਾ ਲਏ, ਉਹੀ ਬਹੁਤ ਹੈ। ਇਹ ਤਾਂ ਹੁਣ ਕਰੇ ਤੋਂ ਪਤਾ ਲੱਗੂਗਾ ਜੀ, ਦੇਖੋ ਠੀਕ ਹੈ ਨਾ, ਇਹ ਤਾਂ ਗੱਲਬਾਤ ਕਰਦੇ ਹਾਂ ਕਰਿਆ। ਕਾਂਗਰਸ ਜਿਵੇਂ 3200 ਤੇ ਮਹਿਜ 3200 ਤੇ ਫਿਰੋਜ਼ਪੁਰ ਦੀ ਸੀਟ, 10000 ਤੇ ਪਟਿਆਲੇ ਵਾਲੀ ਸੀਟ, ਪਰ ਨਾਲ ਨਾਲ ਜਿਹੜਾ ਖਹਿਰਾ ਸਾਹਿਬ ਕਹਿੰਦੇ ਸੀਗੇ ਵੀ ਮੈਂ ਪਤਾ ਨਹੀਂ ਕੀ ਬਦਲ ਦੂੰਗਾ, ਮੈਂ ਉਹ ਬਦਲੂੰਗਾ, ਉਹ ਸਾ ਤੀਜੇ ਨੰਬਰ 'ਤੇ ਆਇਆ, ਕੋਈ ਚੌਥੇ 'ਤੇ ਆਇਆ, ਅਕਾਲੀ ਦਲ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ। ਸੋ 11 ਸੀਟਾਂ ਤੇ ਨੇ ਜਮਾਨਤਾਂ ਜਾਪ ਤੋ ਵੋਟਾਂ ਬਹੁਤ ਵਧੀਆ ਪਾਈਆਂ ਲੋਕਾਂ ਤੇ, ਕੋਈ ਲੋਕਾਂ ਦਾ ਫਤਵਾ ਸਿਰ ਮੱਥੇ ਹੈ। ਮੈਂ ਤੁਹਾਨੂੰ ਕਹਿਣਾ ਕਿ ਪਹਿਲੀ ਇਲੈਕਸ਼ਨ ਮੈਂ ਲਹਿਰਗਾ ਅੱਗੇ ਤੋਂ ਹਾਰ ਗਿਆ ਸੀ ਪਰ ਮੈਨੂੰ 28000 ਵੋਟ ਪੈ ਗਈ ਸੀ। ਸੋ ਲੋਕ ਕਈ ਵਾਰੀ ਇਹ ਵੀ ਕਹਿੰਦੇ ਹੁੰਦੇ ਨੇ ਕਿ ਭਾਈ ਹੋਰ ਮਿਹਨਤ ਕਰ ਲਓ, ਨਾਲ ਲੋਕਾਂ ਵੱਲੋਂ ਕਦੇ ਕੋਈ ਵਿਰੋਧ ਨਹੀਂ ਹੋਇਆ, ਲੋਕਾਂ ਵੱਲੋਂ ਅੱਜ ਵੀ ਗੁਰਦੁਆਰਾ ਸਾਹਿਬ 'ਚ ਲੋਕ ਮਿਲਦੇ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ, ਮੈਨੂੰ ਚੰਗਾ ਲੱਗਦਾ ਜਦੋਂ ਕਹਿੰਦੇ ਲੋਕ, ਤੇ ਮੈਂ ਕਹਿੰਦਾ ਜੀ ਪਰਮਾਤਮਾ ਕਰਵਾਉਂਦਾ, ਉਹ ਹੈ ਸਮਤ ਬਖਸ਼ੇ ਪਰਮਾਤਮਾ, ਪੰਜਾਬ ਜਿਹੜਾ ਦੁਆਰੇ ਲੀਹ ਤੇ ਚਾੜੀਏ ਤੇ ਪੰਜਾਬ ਨੂੰ ਕੋਈ ਨਜ਼ਰ ਨਾ ਲੱਗੇ। ਤੇ ਮੈਂ ਇਹੀ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨ ਆਇਆ ਕਿ ਅੱਜ ਸ਼ਹੀਦਾਂ ਦਾ ਦਿਨ ਹੈ ਔਰ ਇਨਸਾਫ਼ ਦੇ ਲਈ
ਲੜਾਈ ਲੜਨ ਵਾਲਿਆਂ ਦਾ ਦਿਨ ਹੈ ਔਰ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕਿਹਾ ਜਾਂਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ। ਨਤਮਸਤਕ ਕਰਨਾ ਹੈ, ਕੋਟਨ ਕੋਟਨ ਪ੍ਰਣਾਮ। ਵੀਰੋ, ਸੀਐਮ ਭਗਵੰਤ ਮਾਨ ਸਾਹਿਬ ਬਿਲਕੁਲ ਗੱਲ ਠੀਕ ਕਹਿ ਰਹੇ ਹੈ ਕਿ ਕੁਲਵਿੰਦਰ ਨੇ ਜਿਹੜੀ ਕੰਗਣਾ ਰਣਾਵਤ ਦੇ ਥੱਪੜ ਮਾਰਿਆ, ਜਿਹੜਾ ਕਾਂਡ ਹੋਇਆ ਹੋਇਆ, ਉਹ ਗੁੱਸੇ ਵਿੱਚ ਹੋਇਆ ਹੋਇਆ, ਕਿਉਂਕਿ ਗੁੱਸੇ ਵਿੱਚ ਸੀ। ਜਦੋਂ ਤੁਸੀਂ ਕਿਸੇ ਦੀ ਮਾਂ ਭੈਣ ਕਿਸੇ ਦੇ ਮਜ਼ਹਬ ਦੇ ਬਾਰੇ ਟਿੱਪਣੀਆਂ ਕਰੋਗੇ ਤਾਂ ਫਿਰ ਉਹਦਾ ਰਿਐਕਸ਼ਨ ਇੱਕ ਆਏਗਾ, ਜ਼ਾਹਰੀ ਗੱਲ ਹੈ, ਨਫ਼ਰਤ ਪੈਦਾ ਹੋਏਗੀ। ਅਤੇ ਵੀਰੋ, ਇਹੀ ਸੀ ਭਗਵੰਤ ਮਾਨ ਸਾਹਿਬ ਬਿਲਕੁਲ ਠੀਕ ਕਹਿ ਰਹੇ ਹੈ ਕਿ ਜਦੋਂ ਉਹਨੇ ਗੱਲ ਕੀਤੀ ਤਾਂ ਗੁੱਸੇ ਵਿੱਚ ਜਿਹੜੀ ਕੁਲਵਿੰਦਰ ਕੌਰ ਹੈ ਉਹਦੇ ਕੋਲ ਕਾਂਡ ਹੋ ਗਿਆ। ਵੀਰੋ, ਗੁੱਸੇ ਅੰਦਰ ਇਨਸਾਨ ਦਾ ਜਿਹੜਾ ਦਿਮਾਗ ਹੈ ਉਹ ਕੰਮ ਨਹੀਂ ਕਰਦਾ, ਸ਼ੈਤਾਨ ਉੱਤੇ ਹਾਵੀ ਹੋ ਜਾਂਦਾ ਵਾ, ਅਤੇ ਇਸ ਕਰਕੇ ਉਹ ਸੋਚਦਾ ਨਹੀਂ ਹੈ। ਗੁੱਸੇ ਵਿੱਚ ਤੁਸੀਂ ਦੇਖਿਆ ਹੋਣਾ, ਅਕਸਰ ਅਸੀਂ ਬੜੇ ਗਲਤ ਸਟੈਪ ਚੁੱਕ ਜਾਂਦੇ ਹਾਂ, ਅਸੀਂ ਆਪਣਾ ਬੜਾ ਨੁਕਸਾਨ ਕਰਾ ਲੈਂਦੇ ਹਾਂ। ਲੇਕਿਨ ਹੁਣ ਇੱਕ ਇਹ ਵੀ ਇੱਥੇ ਮੁੱਦਾ ਵੈ ਕਿ ਜਿਹੜਾ ਕੰਗਣਾ ਰਣਾਵਤ ਨੇ ਬਾਅਦ 'ਚ ਬਿਆਨ ਦਿੱਤਾ ਕਿ ਪੰਜਾਬ ਦੇ ਅੰਦਰ ਆਤੰਕਵਾਦ ਬਹੁਤ ਜ਼ਿਆਦਾ ਵੈ, ਤਾਂ ਵੀਰੋ ਦੇਖੋ ਨਾ, ਹੁਣ ਕੰਗਣਾ ਰਣਾਵਤ ਇੱਕ ਸੈਲੈਬ੍ਰਿਟੀ ਬਣ ਚੁੱਕੀ ਹੈ, MP ਬਣ ਚੁੱਕੀ ਹੈ, ਉਹਨੂੰ ਚਾਹੀਦਾ ਵੈ ਕਿ ਉਹ ਆਵਾਮ ਦੀ ਨੁਮਾਇੰਦਾ ਵੈ, ਉਹ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਪਰਹੇਜ਼ ਕਰੇ। ਪਹਿਲੇ ਉਹ ਦੇਖੋ ਕਿੰਨੇ ਜ਼ਿਆਦਾ ਵਿਵਾਦਕ ਬਿਆਨ ਦੇ ਰਹੀ ਹੈ, ਇਹੜਾ ਮਸਲਾ ਬਣਿਆ ਵੈ ਉਹਦੇ ਬਿਆਨਾਂ ਦੀ ਵਜ੍ਹਾ ਤੋਂ ਬਣਿਆ ਵੈ, ਕਿਉਂਕਿ ਉਹ ਨਫ਼ਰਤ ਫੈਲਾਉਂਦੀ ਹੈ, ਨਫ਼ਰਤ ਅੰਗੇਜ਼ ਬਿਆਨ ਦਿੰਦੀ ਹੈ ਜਿਹਦੇ ਨਾਲ ਮੁਹੱਬਤ ਕਦੀ ਵੀ ਨਹੀਂ ਪੈਦਾ ਹੋ ਸਕਦੀ, ਉਹਦੇ ਨਾਲ ਇਸੇ ਤਰ੍ਹਾਂ ਦੀ ਕਾਂਟ ਹੋਣਗੇ। ਅਤੇ ਜਿਹੜੇ ਲੋਕ ਇਸ ਤਰ੍ਹਾਂ ਦੇ ਵਿਵਾਦਕ ਬਿਆਨ ਦਿੰਦੇ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਉਹਨਾਂ ਦੇ ਖਿਲਾਫ਼ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਕੰਗਣਾ ਰਣਾਵਤ ਦੇ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਦਾ ਕਾਨੂੰਨ ਹੋਣਾ ਚਾਹੀਦਾ ਵੈ ਤਾਂ ਕਿ ਕੋਈ ਲੋਕ ਇਸ ਤਰ੍ਹਾਂ ਦਾ ਬਿਆਨ ਨਾ ਦੇਵੇ। ਇਸ ਤਰ੍ਹਾਂ ਦੇ ਬਿਆਨ ਨਹੀਂ ਹੋਣਗੇ ਵੀਰੋ, ਫਿਰ ਨਫ਼ਰਤ ਨਹੀਂ ਪੈਦਾ ਹੋਏਗੀ, ਫਿਰ ਇਸ ਤਰ੍ਹਾਂ ਦਾ ਕੋਈ ਕਾਂਟ ਨਹੀਂ ਹੋਏਗਾ, ਕੋਈ ਗੱਲ ਸਾਹਮਣੇ ਨਹੀਂ ਆਏਗੀ। ਅਤੇ ਇਸ ਕਰਕੇ ਕੁਲਵਿੰਦਰ ਕੌਰ ਬਿਲਕੁਲ, ਮੈਂ ਵੀ ਇਹ ਮੰਨਦਾ ਮੈਂ ਕਿ ਇਸ ਮਾਮਲੇ ਵਿੱਚ ਨਿਰਦੋਸ਼ ਹੈਗੀ ਹੈ, ਕਿਉਂਕਿ ਉਹਨਾਂ ਨੇ ਗੁੱਸੇ ਵਿੱਚ ਆ ਕੇ ਆਪਣੀ ਭਾਵਨਾ ਵਿੱਚ ਬਹਿ ਕੇ ਕੰਮ ਕੀਤਾ, ਉਹਨਾਂ ਨੂੰ ਬਹਾਲੀ ਸਜ਼ਾ ਮਿਲੇਗੀ। ਲੇਕਿਨ ਕੰਗਣਾ ਰਣਾਵਤ ਨੂੰ ਵੀ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਹਦੇ ਨਾਲ ਲੋਕਾਂ ਨੂੰ ਉਕਸਾਇਆ ਜਾਵੇ, ਜਿਹਦੇ ਨਾਲ ਲੋਕਾਂ ਨੂੰ ਗੁੱਸਾ ਆਵੇ, ਲੋਕਾਂ ਦੀਆਂ ਭਾਵਨਾ ਜਿਹੜੀਆਂ ਵੈ ਉਹਨਾਂ ਨੂੰ ਠੇਸ ਪਹੁੰਚੇ, ਤਾਂ ਉਹ ਫਿਰ ਕੋਈ ਇਸ ਤਰ੍ਹਾਂ ਦਾ ਸਟੈਪ ਚੁੱਕਣ। ਵੀਰੋ, ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ, ਤੁਸੀਂ ਇਸ ਦੇ ਬਾਰੇ ਕੀ ਸੋਚਦਾ ਰੱਖਦੇ ਜੇ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਢੇਰ ਸਾਰਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।